ਰਾਜਵਿੰਦਰ ਇੱਧਰ ਆ, ਮੇਰੀ ਗੱਲ ਸੁਣ। ਹਾਂਜੀ ਦੱਸੋ ਕੀ ਕਹਿਣਾ ਆ। ਕਿਤੇ ਅੱਜ ਤਿਆਰੀ ਤੇ ਨਹੀਂ ਕਰਨੀ ਜਾਣ ਦੀ? ਤਿਆਰੀ ਵੀ ਕਰਨੀ ਪਈ ਆ, ਮੈਂ ਚੱਲ ਪੈਸੇ ਫੜਾਈ ਆ ਉਹਨਾਂ। ਮੇਰੀ ਸੁਣ ਗੱਲ, 20 ਲੱਖ ਦੇ ਵਿੱਚੋਂ 20,000 ਤੁਰਦਾ ਆ ਤਾਂ ਤੂੰ 80,000 ਰੁਪਈਆ ਤੇ ਇੰਨੇ ਲੈ ਕੇ ਤੇ ਚੱਲ ਜਾ। ਮੰਮੀ ਇਹ ਗੱਲ ਝੂਠੀ ਆ, ਮੈਂ 80-80,000 ਰੁਪਈਆ ਨਹੀਂ ਲੈ ਕੇ ਜਾਣਾ। ਸ਼ੇਰੇ ਨੇ ਤੇ ਮੈਨੂੰ ਫਿਰ ਵੀ 2 ਲੱਖ ਰੁਪਈਆ ਕਿਹਾ ਸੀ ਤੇ ਮੈਂ ਤੁਹਾਨੂੰ 1 ਲੱਖ ਹੀ ਕਿਹਾ ਵਾ। ਤੁਸੀਂ ਹੁਣ 1 ਲੱਖ ਵੀ ਨਹੀਂ ਪੂਰਾ ਕਰਨ ਦੇ, ਆਪਣੀ ਜਵਾਨ ਤੇ ਧਰੋ। ਆਪਣੇ ਮੂੰਹ ਹੀ ਤੁਸੀਂ ਕਿਹਾ ਸੀ ਵੀ 1 ਲੱਖ ਰੁਪਈਆ ਤੈਨੂੰ ਰਾਜਵਿੰਦਰ ਕਰ ਦਾਂਗੇ, 1 ਲੱਖ ਰੁਪਈਆ ਪੂਰਾ ਕਰ ਦਿਓ ਤੇ ਮੈਂ ਜਾਣਾ ਵਾ ਤਾਂ ਦੇ ਕੇ ਆਉਣੇ ਆ ਪੈਸੇ ਉਹਨਾਂ ਨੂੰ। ਹਾਏ ਹਾਏ, ਮੇਰੀ ਗੱਲ ਸੁਣ, ਐਡੀ ਕੋਰੀ ਕਰਾਰੀ ਨਾ ਹੋ, ਉਹਨਾਂ ਨੂੰ ਵੀ ਪਤਾ ਹੁੰਦਾ ਵਾ, ਸ਼ੇਰੇ ਨੂੰ ਪਤਾ ਹੀ ਹੋਣਾ ਮੈਂ ਵੀ ਮਜਬੂਰੀ ਦਾ ਤੇ ਘਰਾਂ ਦੇ ਵਿੱਚ ਨਹੀਂ ਇੰਨੀ ਛੇਤੀ ਇੰਨੇ ਪੈਸੇ ਨਿਕਲਦੇ। ਤੂੰ ਆਪਣੀ ਚੇਤਨਾ ਇੰਨੀ ਕਰਿਆ ਕਰ, ਸਾਡੇ ਵੱਲ ਵੀ ਵੇਖ, ਅਸੀਂ ਮਾਰ ਤੇ ਨਹੀਂ ਲੈਣਗੇ ਤੇਰੇ ਪੈਸੇ। ਮੈਂ ਜੇ ਕੋਈ ਨਹੀਂ ਕਰਦੀ, ਮੈਂ ਵੀ ਨਹੀਂ ਕਹਿੰਦੀ ਵੀ ਤੁਸੀਂ ਮੇਰੇ ਪੈਸੇ ਮਾਰ ਲੈਣੇ ਆ, ਪਰ ਚਾਹੀਦੇ ਆ ਨਾ। ਹੁਣ ਉਹਨਾਂ ਨੂੰ ਲੋੜ ਵਾ, 1 ਲੱਖ ਤੇ ਪੂਰਾ ਕਰਕੇ ਦਈਏ। ਹੁਣ ਮੈਂ 80,000 ਰੁਪਈਏ ਲੈ ਕੇ ਕੀ ਜਾਵਾਂ? ਮੈਂ 80-80,000 ਸਿੱਧੀ ਗੱਲ ਮੈਂ ਨਹੀਂ ਲੈਣਾ ਗਾ। 1 ਲੱਖ ਪੂਰਾ ਕਰਕੇ ਦਿਓ ਤੇ ਮੈਂ ਫੇਰ ਹੀ ਜਾਣਾ ਵਾ। ਉੱਤੋਂ 1-2 ਦਿਨਾਂ ਤੱਕ ਉਹ ਸ਼ੇਰੇ ਨੇ ਆ ਜਾਣਾ ਵਾ, ਫਿਰ ਤੇ ਮੈਂ ਉਦਾਂ ਹੀ ਚੱਲ ਜਾਣਾ ਵਾ। ਆਹ ਤੇ ਸਾਡੇ ਗੱਲ ਚ ਫਾਹ ਪਾਤਾ ਵਾ ਸੱਚੀ ਤੂੰ। ਨਾ ਸਾਡੇ ਕੋਲ ਹੁਣ ਕੀਤੇ ਜਾਣ ਤੇ ਨਾ ਹੀ ਤੈਨੂੰ ਦਈਏ ਤੇ ਨਾ ਤੂੰ ਆਪਣੇ ਘਰ ਲੈ ਕੇ ਤੇ ਜਾਣਾ। ਮੈਨੂੰ ਨਹੀਂ ਪਤਾ, ਜਿਹੜਾ 20,000 ਥੋੜਦਾ ਨਾ ਉਹਨੂੰ ਪੂਰਾ ਕਰ ਦਿਓ ਤੇ ਮੈਂ ਸਵੇਰੇ ਅਗਲਿਆਂ ਨੂੰ ਪੈਸੇ ਦੇ ਕੇ ਆਵਾਂ। ਹੁਣ ਪੂਰਾ ਕਰੀਏ ਕਿੱਥੋਂ? ਹੁਣ ਤਾਂ ਥਾਂ ਨਹੀਂ ਲੱਭਣ ਡਿਆ ਜਿੱਥੋਂ ਲੱਲੀਏ ਅਸੀਂ। ਜਿੱਥੋਂ ਮਰਜ਼ੀ ਪੂਰਾ ਕਰੋ, ਭਾਵੇਂ ਚੀਜ਼ਾਂ ਆਪਣੀਆਂ ਗਹਿਣੇ ਟੁੰਬਾ ਛੱਲੇ ਰੱਖੋ, ਤੇ ਮੈਨੂੰ 20,000 ਰੁਪਈਆ ਪੂਰਾ ਕਰਕੇ ਦਿਓ ਤੇ ਮੈਂ ਜਾਣਾ ਵਾ। ਮੈਂ ਕੋਈ ਗੱਲਾਂ ਨਹੀਂ ਸੁਣੀਆਂ ਵੀ 80,000 ਰੁਪਈਆ ਲੈ ਕੇ ਆ ਗਈ ਹੈ। ਕਿੱਦਣ ਦਾ ਤੁਹਾਨੂੰ ਕਿਹਾ ਵਾ ਤੁਹਾਡੇ ਕੋਲ 1 ਲੱਖ ਰੁਪਈਆ ਨਹੀਂ ਪੂਰਾ ਹੋਣ ਡਿਆ? ਹਾਏ ਰੱਬਾ, ਕਿੱਦਾਂ ਦੀ ਇਹ ਕੁੜੀ ਆ! ਲੋਕੀ ਤਾਂ ਕਿਤੇ ਮਾਂ ਪਿਓ ਦਾ ਇੰਨਾ ਸੋਚਦੇ ਆ ਨਾ ਵੀ ਚਲੋ ਮਾਂ ਪਿਓ ਨੂੰ ਨਾ ਬਹੁਤਾ ਤੰਗ ਕਰੀਏ, ਪਰ ਇਹ ਕੁੜੀ ਇਹ ਕਹਿੰਦੀ ਮੈਂ ਤੁਹਾਨੂੰ ਹੀ ਤੰਗ ਕਰਨਾ ਜਿੰਨਾ ਮੇਰੇ ਕੋਲ ਕੀਤਾ ਗਿਆ। ਕੋਈ ਹਾਲ ਨਹੀਂ ਇਹਦਾ, ਕੀ ਕਰਾਂ ਹੁਣ ਮੈਂ ਸੱਚੀ? ਮੈਨੂੰ ਤੇ ਆਪ ਟੈਨਸ਼ਨ ਪੈ ਗਈ ਆ ਵੀ ਹੁਣ ਦਈਏ ਇਹਨੂੰ ਕਿੱਥੋਂ? ਅਸੀਂ ਤੇ ਐਵੇਂ ਇਹਦੇ ਕੋਲ ਸੱਚੀ ਪੈਸੇ ਲੱਲੇ, ਇਹਦੇ ਨਾਲ ਤਾਂ ਅਸੀਂ ਨਾ ਹੀ ਕੰਮ ਕਰਦੇ ਤੇ ਉਹ ਹੀ ਚੰਗਾ ਸੀ। ਕਰਦੀਆਂ ਹੁਣ ਉਹਦੇ ਨਾਲ ਗੱਲ ਕੇ ਪੰਮ ਦੇ ਨਾਲ ਵੀ ਕਿੱਦਾਂ ਕਰਨੀ ਆ। ਪੰਮ ਮੇਰੀ ਗੱਲ ਸੁਣ। ਹਾਂਜੀ ਮੰਮੀ। ਉਹਦੇ ਨਾਲ ਮੈਂ ਕੀਤੀ ਉਹ ਗੱਲ ਵੀ 80,000 ਰੁਪਈਆ ਲੈ ਜਾ, ਉਹਦੇ ਮੇਰੇ ਸਿਰ ਦੇ ਵਾਲਾਂ ਨੂੰ ਅੱਗੋਂ ਪੈਣ ਡਈ ਆ, ਤੂੰ ਕਿੱਥੋਂ ਇਹਨੂੰ ਕਰਕੇ ਦੇਣੇ ਆ? ਮੰਮੀ ਤੁਸੀਂ ਕੱਲ੍ਹ ਉਹਦੇ ਨਾਲ ਗੱਲ ਕਰਨੀ ਸੀ 80,000 ਰੁਪਈਏ ਦੀ, ਉਹਨੇ ਮੰਨਣਾ ਵਾ ਇੰਨੇ ਪੈਸੇ ਦੇ? ਜਦੋਂ ਉਹਨੇ 1 ਲੱਖ ਕਹਿਤਾ ਤਾਂ 1 ਲੱਖ ਉਹਨੇ ਲੈ ਕੇ ਹੀ ਛੱਡਣਾ ਵਾ, ਤੇ ਤੁਸੀਂ ਏਦਾਂ ਕਰੋ ਵੀ ਉਹਨਾਂ ਨੂੰ ਘਲਾਓ ਕਿ ਢੂਮ ਛੱਲੇ ਤੇ ਜਿਹੜੀ ਚੀਜ਼ ਤੇ ਫੜਨੇ ਫੜ ਲਓ, ਪਰ ਉਹਨਾਂ ਨੂੰ ਕਿਹੋ ਕਿ 20,000 ਹੀ ਫੜਿਓ, ਜ਼ਿਆਦਾ ਪੈਸੇ ਨਾ ਫੜਿਓ। ਕੀ ਫਾਇਦਾ ਵਿਆਜ ਹੀ ਪੈਸੇ ਲਿਆਉਣ ਦਾ? ਆਪਣਾ ਟਾਈਮ ਪਾਸ ਤੇ ਹੁੰਦਾ ਜਾਂਦਾ, ਬੜਾ ਵਧੀਆ ਦੁੱਧ ਸਿਰੋਂ। ਤੇ ਫਿਰ ਵਿਆਜ ਬੜਾ ਪੈ ਜਾਣਾ ਜੀ, ਜੇ ਨਾ ਸਾਡੇ ਕੋਲ 4-5 ਮਹੀਨੇ ਛਡਾਏ ਗਏ ਤੇ? ਵਿਆਜ ਪੈ ਜੂਗਾ, ਕੋਈ ਗੱਲ ਨੀ, 4-5 ਹਜ਼ਾਰ ਰੁਪਈਆ ਪੈ ਵੀ ਜਾਊ ਤੇ ਕੀ ਕਰਨਾ? ਹੁਣ ਮੋੜਨੇ ਤੇ ਉਹਦੇ ਹੈ ਹੀ ਆ, ਉਹ ਰੋਜ਼ ਦਾ ਕਲੇਸ਼ ਹੀ ਰੱਖਣਾ ਉਹਨੇ, ਨਹੀਂ ਤੇ ਆਪਣੇ ਜਮਾ ਕੀਤੇ ਸਾਰੇ ਅਸੀਂ ਪਹਿਲਾਂ ਪੈਲੀ ਦੇ ਤੇ, ਹੁਣ ਉਧਰ ਵੀ ਜ਼ਬਾਨ ਕੀਤੀ ਸੀ ਚੱਲ ਚੀਜ਼ ਬਣ ਗਈ ਆ, ਤੰਗੀ ਸੰਗੀ ਆਉਂਦੀ ਰਹਿੰਦੀ ਆ ਘਰਾਂ ਚ, ਕੋਈ ਗੱਲ ਨੀ ਕਰਕੇ ਤੇ ਉਹਨੂੰ ਦਓ ਪੈਸੇ। ਹਰ ਵੇਲੇ ਦੀ ਕਿਚ ਕਿਚ ਨੀ ਮੈਨੂੰ ਚੰਗੀ ਲੱਗਦੀ, ਪਤਾ ਕੀ ਉਹ ਲੜਦੀ ਨੀ, ਮੂੰਹ ਸਿਰੋਂ ਨੀ ਫਿਰ ਕੁੰਦੀ। ਆਹੋ ਹੈ ਤੇ ਕੁੜੀ ਮੇਰੀ ਆ, ਪਰ ਸੁਭਾਅ ਬੜਾ ਕੱਬਾਈ ਹੋਏ ਦਾ, ਸੱਚੀ ਗੱਲ ਕੱਬਾ ਇੰਨਾ ਕਿ ਤੇ ਮੈਂ ਨਹੀਂ ਕਿਤੇ, ਸ਼ੁਕਰ ਆ ਕਿਤੇ ਸੇਰੇ ਨੇ ਵੀ ਆਉਣ ਦਾ ਨਾਂ ਲਿਆ ਤੇ ਆਪਣੇ ਘਰ ਜਾਊਗੀ। ਤੇ ਹੋਰ ਆਪਣੇ ਘਰ ਵਸੇ ਰਸੇ ਭੈਣਾ, ਮੇਰੇ ਕੋਲ ਨੀ ਇਹਦੀ ਲੜਾਈ ਰੋਜ਼ ਦੀ ਲੜਾਈ, ਇਹਨੇ ਕਪਾਤਾ ਇੰਨਾ ਪਾਇਆ, ਕੋਈ ਗੱਲ ਨੀ ਕਰਨਾ ਨੀ, ਚੱਲ ਕੋਈ ਨੀ ਪੈਸੇ ਆ ਜਿਹੜੇ ਪੈਸੇ ਫੜ ਲਏ ਤੇ ਬਹੁਤ ਜ਼ਿਆਦਾ ਕੰਮ ਗਲਤ ਹੋ ਗਿਆ, ਹੋਰ ਕਿਤੇ ਫੜ ਲੈਂਦੇ ਨਾ ਤੇ ਉਹ ਚੰਗਾ ਸੀ। ਚਲੋ ਕਿਸੇ ਤਰ੍ਹਾਂ ਕਰ ਕਤਰ ਕੇ ਇਹਦੇ ਹੱਥ ਤੇ ਰੱਖੀ ਦੇ। ਚੱਲ ਪੰਮ ਤੂੰ ਆਪਣਾ ਕੰਮ ਕਰ ਤੇ ਮੈਂ ਗੁਰਨਾਮ ਨਾਲ ਗੱਲ ਕਰਦੀ ਆ, ਉਹਨੂੰ ਘਲਾਉਣੀ ਆ ਕਿਸੇ ਪਾਸੇ। ਆਹੋ ਨਹੀਂ ਉਹਨਾਂ ਨੂੰ ਭੇਜੋਗਾ, ਦੇਣੇ ਤੇ ਹੈ ਹੀ, ਐਵੇਂ ਰੋਜ਼ ਦਾ ਲਮਕਾ ਲਮਕਾਂਗੇ, ਹੋਰ ਕਿਸੇ ਰਿਸ਼ਤੇਦਾਰ ਨੂੰ ਫੜਾਂਗੇ, ਤਰਲੇ ਮਿੰਤਾ ਕਰਾਂਗੇ ਤੇ ਕੋਈ ਗੱਲ ਨੀ ਹੈਗੀ। ਜਦੋਂ ਆਪਣੇ ਕੋਲ ਸਭ ਕੁਛ ਹੋਇਆ ਤੇ ਫਿਰ ਕੀ ਹੋ ਗਿਆ? ਚੱਲ ਠੀਕ ਆ, ਨਿਬੇੜ ਲਾ ਕੰਮ ਨੂੰ, ਕੋਈ ਨੀ।
ਨਾਮ ਪਤਾ ਨੀ ਕਿੱਥੇ ਗਿਆ ਈ ਓ। ਮੰਮੀ ਕੀ ਕਰਨ ਡਈ ਆ? ਕਰਨਾ ਕੀ ਆ, ਬੈਠੀ ਆ, ਮੈਂ ਕੀ ਕਰਨਾ ਵਾ। ਬੜੀ ਚੁੱਪ ਆ ਕੇ ਬੈਠੀ, ਕੀ ਗੱਲ ਆ, ਸੁੱਖ ਵਾ? ਆਹੋ ਸੋਖੀ ਆ। ਉਹ ਰਾਜਿੰਦਰ ਕਹਿਣ ਡਈ ਸੀ ਵੀ ਮੰਮੀ ਜਿਹੜੇ ਪੈਸੇ ਤੁੜਦੇ ਆ ਨਾ ਉਹ ਮੇਰੇ ਪੂਰੇ ਕਰੋ, ਮੈਂ ਫੇਰ ਜਾਣਾ ਆਪਣੇ ਸਹੁਰੇ। ਓਹੋ ਸੋਚਣ ਡਈ ਆ ਵੀ ਹੁਣ ਪੈਰ ਤੇ ਦੱਸ ਕਿੱਥੋਂ ਫੜੀਏ। ਬੜੀ ਮਾੜੀ ਗੱਲ ਆ ਮੰਮੀ, ਅਸੀਂ ਮੈਂ ਤਾਂ ਅਸੀਂ ਨਾ ਸਰਜੂਗਾ ਵੀ ਚੱਲ ਬਾਕੀ ਬਾਅਦ ਦੇ ਦਾਂਗੇ, ਪਰ ਮੰਨੀ ਨੀ ਗੱਲ ਇਹ ਨਾ। ਉਹ ਨੀ ਗੀ ਮੰਨਦੀ ਤੇ ਨਾ ਉਹਨੇ ਮੰਨਣਾ ਹੀ ਆ। ਕੋਈ ਇੰਤਜ਼ਾਮ ਕਰਕੇ ਨਾ, ਚਾਹੇ ਕੋਈ ਟੂੰਬ ਲੈ ਜਾ ਘਰੋਂ ਤੇ ਪੈਸੇ ਲੈ ਆਇਆ ਤੇ ਉਹਨੂੰ ਫੜਾਓ ਚੰਗਾ। ਨਾਲੇ ਪਤਾ ਕੀ ਆ, ਸ਼ੇਰੇ ਨੇ ਵੀ ਆਖਣ ਡਈ ਮੰਮੀ ਦੇ ਡੰਗ ਚ ਆ ਜਾਣਾ ਆ, ਫਿਰ ਬੁਰੇ ਲੱਗੀਦਾ ਹਨਾ। ਨੇ ਮੈਨੂੰ ਦੱਸਿਆ ਸ਼ੇਰੇ ਬਾਰੇ ਨੇ ਵੀ ਆ ਜਾਣਾ ਤੇ? ਨਹੀਂ ਮੈਨੂੰ ਵੀ ਅੱਜ ਹੀ ਦੱਸਿਆ ਵਾ, ਮੈਨੂੰ ਕਿਹੜਾ ਨੇ ਪਹਿਲਾਂ ਦਾ ਦੱਸਿਆ ਆ। ਫਿਰ ਇੱਦਾਂ ਕਰਦੇ ਮੰਮੀ, ਚੈਨੀ ਹੈਗੀ ਤੋਲੇ ਦੀ ਪਈ, ਉਹ ਲੈ ਜਾ ਤੇ 20 ਰੁਪਏ ਲੈ ਆਉਣਾ ਵਾ ਨਾ ਲਿਆਇਆ, ਤੇ ਸਿਰ ਦੇ ਆਉਣ ਤੋਂ ਪਹਿਲਾਂ ਦੇ ਦਈਏ 20 ਰੁਪਇਆ ਤੇ ਲੱਖ ਕਰਕੇ ਇਹਨੂੰ ਦਈਏ। ਆਪਣੇ ਘਰ ਤੇ ਜਾਊਗੀ? ਆਹਨੀ ਘਰ ਚਲੋ ਜਾਣਾ ਹੀ ਆ, ਆਪਣੇ ਘਰ ਆਪਣੇ ਘਰ ਜਾ ਕੇ ਬਹੂਗੀ। ਹੋਰ ਇਸੇ ਭਾਈ ਚੱਲ ਨਹੀਂ ਚੰਗਾ ਵਾ, ਸ਼ੇਰੀ ਨਾਲ ਤੇ ਆਪਣੇ ਘਰ ਜਾਣਗੇ ਤੇ ਕੁੰਡਾ ਬੂ ਆਪਣਾ ਭੁੱਲਣਗੇ ਹਨਾ। ਆਹੋ ਆਪਣਾ ਘਰ ਬਾਰ ਵੇਖਣ, ਨਾਲੇ ਪਤਾ ਕੀ ਆ ਇਹਦਾ ਵੀ ਸੁਭਾਅ ਕੁਝ ਉਹੋ ਜਿਹਾ, ਤੇ ਉਹ ਵੀ ਗੁੱਸਾ ਦੂਜੀ ਵੀ ਕਰ ਲੈਂਦੀ ਪਾਮਵੀ, ਫਿਰ ਇੱਥੇ ਕਿਰਕਿਰ ਜਿਹੜੀ ਆ ਨਾ ਮੈਨੂੰ ਨਹੀਂ ਕੀ ਚੰਗੀ ਲੱਗਦੀ, ਤੇ ਨਾਲੇ ਧੀਆਂ ਆਪਣੇ ਘਰੇ ਚੰਗੀਆਂ ਹੁੰਦੀਆਂ ਵਾ। ਬਿਲਕੁਲ, ਤੂੰ ਹੁਣ ਇੱਦਾਂ ਕਰ, ਜਾ ਪੰਮ ਕੋ ਲੈ ਕੇ ਟੂੰਬ ਤੇ ਜਾ ਪੈਸੇ ਲਿਆ। ਅੱਛਾ ਮੈਂ ਲੈ ਆਉਣਾ ਜਾ ਕੇ ਨਾ, ਸਿਨੈਰੀਓ ਦੇ ਕੇ ਨਾ, ਤੇ 20 ਕੇ ਫੜ ਲਿਆਣਾ ਬੜਾ ਵਾ। ਆਹੋ ਜਾ ਮੁੜ ਕੇ ਕਣਕੋ ਮੋੜ ਦਾਂਗੇ ਨਾ। ਆ ਨਹੀਂ ਉਹ ਵੀ ਮੋੜ ਹੀ ਦੇਣੇ ਅਸੀਂ। ਹੋਰ ਚੱਲ ਠੀਕ ਹੈ ਮੰਮੀ, ਮੈਂ ਲੈ ਆਵਾਂ ਹਨਾ। ਹਾਂ ਜਾ, ਤੁਸੀਂ ਬਹੁਤ ਆਹੋ ਚੰਗਾ ਜਾ ਭਰਾਵਾ ਦੇ ਇਹਨੂੰ। ਹਾਂ ਇਹਦਾ ਵੀ ਕੰਮ ਹੋਵੇ, ਮੇਰੀ ਵੀ ਟੈਨਸ਼ਨ ਲੱਥੇ ਆਪੋ ਵਿੱਚ, ਆਪ ਅਸੀਂ ਜਿੱਦਾਂ ਮਰਜ਼ੀ ਕਰਦੇ ਰਵਾਂਗੇ। ਕੁੜੀ ਦੇ ਆਪਣੇ ਘਰ ਜਾਵੇ ਆਪਣੇ ਪੈਸੇ ਲੈ ਕੇ। ਭਾਬੀ ਸਬਜ਼ੀ ਬਣਾਈ ਆ ਤੇ ਮਾਂ ਰੱਖਤੇ ਆ, ਘਰੀ ਤੇ ਸਬਜ਼ੀ ਆ, ਆਲੂ ਤੇ ਬਣ ਗਏ ਆ, ਜਿਹੜੇ ਮਟਰ ਆ ਉਹਨਾਂ ਨੂੰ ਟਾਈਮ ਲੱਗਦਾ ਥੋੜਾ ਜਿਹਾ ਗਲਦਿਆਂ। ਟਾਈਮ ਲੱਗਦਾ ਵਾ, ਇੱਥੇ ਚਿਮਚਿਆਂ ਨਾਲ ਖੇਡੀ ਜਾਂਦੀ। ਇਹ ਨਹੀਂ ਕਹਿੰਦੀ ਆਟਾ ਉਹ ਇੱਕ ਪਾਸੇ ਆਟਾ ਉੱਤਾ ਗੁੰਨ ਕੇ ਰੋਟੀਆਂ ਲਾ ਲਾ, ਭੁੱਖ ਵੱਡੇ ਵੱਡੇ ਲੱਗੀ ਆ। ਸਭ ਕੁਛ ਕੀਤਾ ਵਾ, ਰੋਟੀ ਵੀ ਪੱਕ ਜਾਂਦੀ ਆ। ਆਹ ਤੇ ਫਤਿਹ ਨੇ ਖਲਾਬ ਦਿੱਤੇ ਸੀਗੇ ਤੇ ਉਹ ਮੈਂ ਇਕੱਠੇ ਕਰਕੇ ਤੇ ਤਾਂ ਨੂੰ ਰੱਖਣ ਡਈ ਆ। ਉਹ ਇੱਥੇ ਖੇਡੇ ਲੱਗਾ ਸੀ ਥੱਲੇ ਤੇ ਚੁੱਕ ਕੇ ਤਾਂ ਕੀਤੇ ਹੀ, ਹੁਣ ਮੈਂ ਸਾਰਾ ਦੇਣੀ ਇੱਧਰ ਰੱਖ ਲਈ ਤੇ ਕੰਮ ਕੋਈ ਕੀਤਾ ਨੀ ਆ। ਭਾਂਡਿਆਂ ਦਾ ਉਦੋਂ ਛੱਡਣਾ ਭਰਿਆ ਕਿਤੇ, ਐਂ ਨੀ ਤਾਂ ਸਬਜ਼ੀ ਘੱਟ ਬਣਾਈ ਹੁੰਦੀ, ਖਲਾਬ ਰਸੋਈ ਜ਼ਿਆਦਾ ਪਾਇਆ ਤੇ। ਤੂੰ ਹਾਂ ਮੈਨੂੰ ਜਦੋਂ ਆਉਂਦੀ ਤੂੰ ਰੋ ਵੀ ਪਾਉਂਦੀ ਆ, ਆਪ ਕਰ ਲੈ ਨਾ। ਮੈਨੂੰ ਕੀ ਲੋੜ ਆ ਕਰਨ ਦੀ, ਕਰ ਲੈ, ਮੈਨੂੰ ਕਿਸ ਕੰਮ ਨੂੰ ਲਿਆ ਕਰ। ਕੰਮ ਨੂੰ ਲਿਆਂਦਾ, ਮੈਂ ਨੌਕਰਾਂ ਨਹੀਂ ਥੋੜੀ ਆ, ਤੂੰ ਜਦੋਂ ਆਉਂਦੀ ਆ ਚੜੇ ਘੋੜੇ ਸਵਾਰ ਉਹ ਕਰ ਲੈਣਾ, ਜੇ ਕਰ ਲੈਣਾ ਜਿੰਨਾ ਕੁ ਹੁੰਦਾ ਨਾ ਕਰਦੇ ਹੀ ਆ। ਕਰ ਲੈ ਅੱਧਾ ਰੇੜ ਚੜੇਗਾ ਤੇਰੇ ਤੇਰੇ ਕੋ ਬਿਸਤਰੇ ਨੀ ਚੱਕੇਗੇ, ਉਹ ਵੀ ਬਿੱਡਾ ਤੇ ਉਦਾਂ ਹੀ ਖਿਲਰੇ ਫਿਰਦੇ ਆ, ਕੀ ਪਤਾ ਕੀ ਕਰਦੀ ਫਿਰਦੀ। ਠੰਡ ਹੈਗੀ ਆ, ਕੋਈ ਰਜਾਈ ਚ ਵੜਦਾ ਕੋਈ ਨਿਕਲਦਾ, ਠੀਕ ਆ ਬਿਸਤਰੇ ਇੱਦਾਂ ਹੀ ਰਹਿਣੇ ਆ, ਸਾਡੇ ਸਿਆਲ ਚ ਇੱਦਾਂ ਰਹਿੰਦੇ ਆ, ਘੜੀ ਮੁੜੀ ਸੁੱਟਣ ਚ ਨਾ ਰਹੀਏ, ਕੋਈ ਗੱਲ ਨੀ ਰਹਿਣ ਦੇ। ਤੂੰ ਤੁਹਾਨੂੰ ਠੰਡ ਜ਼ਿਆਦਾ ਕੋਹ ਲੱਗਦੀ ਆ, ਠੰਡ ਤਾਂ ਸਾਰਿਆਂ ਨੂੰ ਲੱਗਦੀ ਆ, ਮੈਂ ਤਾਂ ਕਦੀ ਠੰਡੂ ਠੰਡੂ ਕੀਤਾ ਹੀ ਨੀ, ਤੁਹਾਨੂੰ ਜ਼ਿਆਦਾ ਠਰੂ ਠਰੂ ਚੜਿਆ ਨੇ ਤਾਂ। ਤਾਈਆਂ ਤਾਂ ਬਨੇਰੇ 4 ਵਜੇ ਉੱਠ ਕੇ ਸਾਰਾ ਕੰਮ ਮੁਕਾ ਲੈਂਦੀ ਹੋਣੀ ਆ, ਠਰੂ ਠਰੂ ਚੜਿਆ ਰਹਿੰਦਾ ਵਾ ਤੇ। ਕਰ ਲੈਣੀ ਮੈਂ ਆਪਣੇ ਘਰ ਸਭ ਕੁਛ ਕਰ ਲੈਣੀ ਆ, ਪੁੱਛ ਕੇ ਵੇਖੀ ਜਾ ਕੇ। ਦੋ ਮਹੀਨੇ ਤੂੰ ਘਰ ਨੀ ਜਾਂਦੀ, ਇੱਥੇ ਹੀ ਬੈਠੀ ਰਹਿੰਦੀ, ਸਾਡੇ ਸਿਰ ਦੇ ਉੱਤੇ ਗੱਜਦੀ ਰਹਿੰਦੀ ਆ। ਮੈਨੂੰ ਤੇ ਪਤਾ ਨੀ ਤੂੰ ਕਿਹੜੇ ਵੇਲੇ ਜਾਂਦੀ ਆ ਤੇ ਕੰਮ ਕਰਦੀ ਆ, ਜੇ ਕਰਦੀ ਆ ਮੇਰੇ ਬੰਦੇ ਨੂੰ ਗੇਜ ਪਈ ਹੁੰਦੀ, ਇੱਥੇ ਵੀ ਕਰਦਾ। ਪਹਿਲਾਂ ਵੀ ਤੂੰ ਰੋ ਵੀ ਪਾਉਂਦੀ ਵਿਆਹ ਤਾਂ ਪਹਿਲਾਂ ਵੀ, ਤੇ ਹੁਣ ਵੀ ਤੂੰ ਰੋ ਵੀ ਪਾਉਂਦੀ ਆ ਬਸ। ਮੈਂ ਤੇ ਰੋ ਵੀ ਇੱਦਾਂ ਹੀ ਪਾਉਣਾ ਤੇ ਬਾਕੀ ਚੁੱਪ ਕਰਕੇ ਤੂੰ ਬਹਿ ਜਾ। ਅੱਛਾ ਆ ਜਾਣਾ 2-4 ਦਿਨਾਂ ਤੱਕ ਸ਼ੇਰੇ ਤੇ ਮੈਂ ਚਲੀ ਜਾਣਾ, ਇਹ ਵੀ ਤੇਰੇ ਕਲੇਜੇ ਠੰਡ ਪੈ ਜਾਣੀ ਆ। ਠੰਡ ਮੈਂ ਨੀ, ਮੈਂ ਤੇ ਸ਼ੁਕਰ ਕਰੂੰਗੀ, ਸ਼ੁਕਰ ਕਰੂੰਗੀ ਤੂੰ ਆਪਣੇ ਘਰ ਜਾਏਂਗੀ ਤੇ ਨਾਲੇ ਤੈਨੂੰ ਪਤਾ ਲੱਗੂ ਕਿ ਕੰਮ ਕਿੱਦਾਂ ਕਰੀਦਾ ਤੇ ਕਿੱਦਾਂ ਨਿਬੜਦਾ। ਤੇ ਮੈਂ ਕਿਹੜਾ ਨਿਆਣੀ ਆ, ਕੰਮ ਮੈਂ ਤੇਰੇ ਵਾਂਗੂ ਜਿੱਲੀ ਨਹੀਂ ਹੈਗੀ, ਮੈਂ ਕੰਮ ਬਥੇਰਾ ਕਰ ਲੈਂਦੀ ਆ, ਸਭ ਕੁਛ ਆਉਂਦਾ ਮੈਨੂੰ। ਜਿੱਲੀ ਜੁੱਲੀ ਦਾ ਤੇ ਮੈਨੂੰ ਪਤਾ ਨੀ, ਜਦੋਂ ਕਰਨਾ ਹੀ ਨੀ ਤੇ ਸਾਨੂੰ ਨੀ ਪਤਾ ਵੀ ਤੂੰ ਤੇਜ਼ ਆ। ਜਿੱਲਾ ਬੰਦਾ ਵੀ 1-2 ਕੰਮ ਦਿਹਾੜੀ ਦੇ ਮਕਾਉਂਦਾ ਹੀ ਆ, ਤੂੰ ਤੇ ਬਸ ਨਾ ਮਕਾਉਣੇ ਨਾ, ਬੈਠੀ ਨੂੰ ਚਾਹ ਚਾਹੀਦੀ, ਬੈਠੀ ਨੂੰ ਰੋਟੀ ਪਾਣੀ ਚਾਹੀਦਾ ਤੇ ਲੜਨ ਤੋਂ ਵਾਧੇ ਦੀ ਤੇਜ਼ ਤਰਾੜ ਹਰ ਇੱਕ ਨਾਲ ਤੂੰ ਅੱਡਾ ਲਾ ਲੈਣੀ ਆ। ਤੂੰ ਤੇ ਆਂਢੀ ਗੁਆਂਢੀ ਨੀ ਬਖਸ਼ਦੀ,
ਉਦੋਂ ਦੀ ਐਸੀ ਓ ਮਾਤਾ ਦੀ ਵਿਚਾਰੀ ਨੇ ਹਰੇ ਸੁਣ ਲਿਆ ਕਿਤੇ ਵਿਚਾਰੀ ਮੁੜ ਕੇ ਸਾਡੇ ਘਰ ਵੀ ਨੀ ਬਣੀ ਕਿਤੇ। ਤੂੰ ਚੰਗੀ ਗੱਲ ਨਹੀਂ ਆਈ, ਤੂੰ ਚੁਗਲੀਏ ਕਰਨੀ ਇਹਦੇ ਜਾ ਕੇ, ਤੂੰ ਹੋਰ ਕੀ ਕਰਨਾ, ਤੇ ਤੂੰ ਚੁਗਲੀਏ ਕਰਨ ਹੁਣ ਲੱਭਦਾ ਨੀ ਨਾ, ਤਾਂ ਤੂੰ ਕਹਿੰਦੀ ਆ ਵੀ ਆਉਂਦੀ ਨੀ। ਚੁਗਲੀਆਂ ਕਰਨੀ ਤਾਂ ਲੱਭਦੇ ਆ ਪਰ ਕਰੀਦੀਆਂ ਨੀ, ਘਰ ਦੀ ਗੱਲ ਬਾਹਰ ਕੀ ਕਰਨੀ ਆ, ਪਰ ਤੈਨੂੰ ਅਕਲ ਨੀ ਆਉਣੀ, ਤੂੰ ਤੇ ਬਸ ਨਾ। ਪਤਾ ਮੈਨੂੰ ਕਿੰਨੀ ਕੁ ਤੂੰ ਘਰ ਦੀ ਗੱਲ ਬਾਹਰ ਨੀ ਕੱਢਦੀ, ਵੱਡੀ ਆਈ ਤੈਨੂੰ ਤੇ ਅਕਲ ਹੈਗੀ ਸੰਭਾਲ ਕੇ, ਤੂੰ ਤੂੰ ਵੱਡੀ ਆਈ, ਵੱਡੇ ਕਿੱਡੇ ਹੋਈਦਾ, ਬਥੇਰੇ ਵੱਡੇ ਆ, ਜਿੰਨੇ ਕੁ ਚੋਖੇ ਬਹੁਤ ਆ, ਤੂੰ ਤਾਂ ਬਹੁਤ ਤਕੜੀ ਆ। ਵੱਡੀ ਆਈ, ਪਤਾ ਮੈਨੂੰ ਤੂੰ ਕਿੱਡੀ ਕੁ ਵੱਡੀ ਆ, ਗਈ ਤੇ ਵੜੀ ਟੱਪ ਗਈ ਆਪਣੇ ਪੇਕਿਆਂ ਨੂੰ, ਰੁਪਈਆ 50,000 ਵੀ ਨਾ ਸਰਿਆ, 30,000 ਰੁਪਈਆ ਲੈ ਕੇ ਤੂੰ ਉੱਡੀ ਆਈ ਆ, ਵੱਡੀ ਤੂੰ ਬਣਦੀ ਆ। ਮੇਰੀ ਗੱਲ ਸੁਣ, ਤੇ ਕੋ 4 ਦਿਨ ਮੰਗੇ ਪੈਸੇ ਤੇ ਤੂੰ 4 ਦਿਨਾਂ ਦੇ ਵਿੱਚ ਦਿੱਤੇ ਸੀਗੇ, ਮੈਂ ਤੇ ਫਿਰ ਪੈਰ ਤੇ ਗਈ ਨਾ ਕੇ ਫੋਨ ਕੀਤਾ ਨਾ ਕੋ, ਉਹਨਾਂ ਨੇ ਖਾਲੀ ਤੇ ਨੀ ਮੋੜਿਆ, ਘਰ ਉਹਨਾਂ ਦੇ ਮਿਸਤਰੀ ਡਏ ਸੀਗੇ, ਫਿਰ ਵੀ ਅਗਲੇ ਨੂੰ ਪਤਾ ਵੀ ਧੀ ਭੈਣ ਆਈ ਆ, ਮੈਂ ਤੇਰੇ ਵਾਂਗੂ ਨੀ ਕਰਦੀ ਵੀ ਅਭੀ ਚਾਹੀਦੇ ਆ, ਉਹਨਾਂ ਨੇ ਆਖਿਆ ਵਾ ਵੀ ਬਾਕੀ ਵੀ 20,000 ਰੁਪਇਆ ਦੇ ਦਾਂਗੇ, ਅਸੀਂ ਹੁਣ ਤੈਨੂੰ 20,000 ਰੁਪਇਆ ਕਿਸੇ ਬੰਨੇ ਲਿਆ ਕੇ ਦੇ ਦਿੰਦੇ ਆ, ਫਿਰ ਉਹ ਸਾਨੂੰ ਦੇਣਗੇ ਤੇ ਅਸੀਂ ਉਹਨੂੰ ਦੇ ਦਾਂਗੇ। ਲਿਆ ਕੇ ਜਿੱਥੋਂ ਮਰਜ਼ੀ ਦੇ, ਉਹ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ, ਜੇ ਉਹ ਏਡੇ ਹੀ ਸੀਗੇ ਤੇ ਤੈਨੂੰ 50 ਪੂਰਾ ਕਰਕੇ ਦਿੰਦੇ, ਮੈਂ ਤੇ ਤੈਨੂੰ ਫੇਰ ਵੀ 2,00,000 ਦਿੱਤਾ ਤੇ ਤੁਸੀਂ ਅੱਧੇ ਕਰ ਮੋੜਦੇ ਵੀ ਰੋਈ ਜਾਂਦੇ ਆ। ਅਸੀਂ ਤੇਰੇ ਵਾਂਗੂ ਤੰਗੀ ਨੀ ਦਿੰਦੇ ਕਿਸੇ ਨੂੰ, ਠੀਕ ਆ, ਉਹ ਆਪਣੇ ਘਰ ਰੋਟੀ ਖਾਣ ਰਹੇ ਆ ਨਾ, ਬਹੁਤ ਵਧੀਆ, ਜੋ ਉਹਨਾਂ ਨੇ ਦੇਤਾ ਨਾ ਮੇਰੇ ਵਾਸਤੇ ਬਹੁਤ ਆ, ਮੈਂ ਉਹਨਾਂ ਦੀ ਰਗਾਂ ਚ ਬੂਟ ਦੇ ਕੇ ਕਿੱਥੋਂ ਲਿਆਵਾਂ ਪੈਸੇ। ਰਗਾਂ ਚ ਬੂਟ ਦੇ ਦੇਣੀ ਫਿਰ ਕੀ, ਮੈਂ ਤੁਹਾਨੂੰ ਵੀ ਤੰਗੀ ਦਿੱਤੀ, ਮੇਰੇ ਸਹੁਰਿਆਂ ਨੇ ਮੰਗੇ ਪੈਸੇ ਤੇ ਮੈਂ ਦੇਣੇ ਨੀ ਗਏ, ਮੈਂ ਤੁਹਾਨੂੰ ਦਾਣ ਥੋੜੀ ਕਰ ਦੇਣੇ ਆ। ਅਸੀਂ ਕਿਉਂ ਲੜਦੀ ਆ, ਲੜਨਾ ਕੀ ਭਾਜੀ, ਗੱਲਾਂ ਤਾਂ ਇਹ ਛੇੜਦੀ ਆ। ਕੋਈ ਨੀ, ਗੱਲਾਂ ਛੱਡਦੀਆਂ, ਚੱਲ ਮੈਂ ਪੈਸੇ ਲੈਣ, ਤੂੰ ਦੇ ਦੇਣੇ ਚੰਗਾ, ਬਾਕੀ ਸਰਜੂਗਾ ਮੇਰਾ ਭਾਜੀ ਵੀ ਤੇਰੇ ਪਿੱਛੇ ਲੱਗ ਗਿਆ ਵਾ, ਮੇਰੇ ਨਾਲ ਵੱਧ ਘੱਟ ਬੋਲਣ ਲੱਗ ਗਿਆ ਵਾ, ਨਹੀਂ ਤਾਂ ਵੀਰ ਨੇ ਤਾਂ ਮੈਨੂੰ ਕਦੀ ਕੁਛ ਕਿਹਾ ਹੀ ਨਹੀਂ। ਨਾ ਤੈਨੂੰ ਤੇ ਕੁਛ ਕਿਹਾ ਹੀ ਨਹੀਂ ਕਿਸੇ ਨੇ, ਤੈਨੂੰ ਤਾਂ ਗੱਲ ਫੁੱਲਾਂ ਵਾਂਗੂ ਰੱਖਿਆ, ਤੂੰ ਤਾਂ ਵੈਸੇ ਸਿਰ ਨੂੰ ਚੜ੍ਹਦੀ ਜਾਂਦੀ ਚੜ੍ਹਦੀ ਜਾਂਦੀ, ਤੂੰ ਮੈਨੂੰ ਪਤਾ ਕਿੰਨਾ ਵੀ ਮੈਨੂੰ ਫੁੱਲਾਂ ਵਾਂਗੂ ਰੱਖਿਆ, ਜਿੰਨਾ ਨੇ ਮੈਨੂੰ ਰੱਖਿਆ ਹੀ ਪਰ ਉਹ ਵੀ ਤੂੰ ਦੋਵੇਂ ਆਪਣੇ ਮਗਰ ਲਾ ਲਏ ਹੁਣ। ਉਹ ਕੋਈ ਨੀ, ਚੰਗੇ ਮਗਰ ਲੱਗਾ ਪਾਊ, ਤੈਨੂੰ ਵਹਿਮ ਹੋ ਗਿਆ ਰਾਜੂ ਦਾ ਸਾਰਾ। ਵਹਿਮ ਨੀ ਹੋਗਾ ਵੀਰ, ਮੈਨੂੰ ਪਤਾ ਤੂੰ ਵੀ ਭਾਜੀ ਦਾ ਚਿਮਚਾ ਬਣ ਗਿਆ ਵਾ, ਤੂੰ ਜਿੱਥੋਂ ਮਰਜ਼ੀ ਲਾ ਦੋ ਪੈਸੇ ਪੂਰੇ ਕਰਕੇ ਤੋਂ ਮੈਂ ਜਾਣਾ, ਦੋ ਦਿਨਾਂ ਨੂੰ ਸ਼ੇਰੇ ਨੇ ਵੀ ਆ ਜਾਣਾ। ਦੇ ਦਿੰਦੇ ਬਹੁਤ ਜ਼ਿਆਦਾ ਈ। ਪਰਮਜੀਤ ਲਿਆ ਜਾਣਾ, ਆ ਲੋ ਲੈ ਜਾਓ, ਲੈ ਆਓ ਪੈਸੇ ਨਾ, ਤਿੰਨ ਸੌ ਨਾ। ਮੈਂ ਆ ਗਿਆ 10 ਮਿੰਟਾਂ ਲਿਆ ਗਈ ਜੀ ਆਟਾ, ਆਇਆ ਚੰਗਾ। ਆਹੋ ਆ ਦੇ ਖਰਚੋ ਵਾਲਾ, ਉੱਥੇ ਮਿਲ ਜਾਣੇ ਤਾਂ। ਮੈਂ ਆ ਗਿਆ ਚੰਗਾ, ਮੰਮੀ ਦਾਦੀ ਮਿਲ ਗਏ ਹਾਂ। ਆਹੋ ਚੱਲ ਜਾਓ, ਇਹ ਤਾਂ ਕੁੜੀ ਕਿਤੇ ਨਾ ਇੰਨਾ ਕਿਤੇ ਲਊ ਹੀ ਸਕਾਇਆ, ਇਹਨੂੰ ਮਾਸਾ ਨਹੀਂ ਪੈਸੇ ਇਹਦੇ ਕੋਲ ਲੱਖਾਂ ਨਾਲ ਵਾ, ਓਦਾਂ ਹੀ ਪਰ ਜਿਹੜੇ ਉਹ ਵਾ ਨਾ ਉਹ ਨਹੀਂ ਛੇੜਨੇ, ਜਿਹੜੇ ਸਾਡੇ ਕੋਲ ਵਾ ਨਾ ਉਹਨਾਂ ਵੱਲ ਹੀ ਧਿਆਨ ਆ ਵੀ ਇਹਨਾਂ ਨੇ ਲੈ ਕੇ ਇਹਨੂੰ ਦਿੱਤੇ, ਜੇ ਦਿਲ ਹੈ ਨਹੀਂ ਤਾਂ ਦਿੰਦੀ ਨਾ, ਅਸੀਂ ਉਹੀ ਕਨਾਲ ਘੱਟ ਲੈ ਲੈਂਦੇ, ਕੀ ਹੋ ਚੱਲਿਆ ਸੀਗਾ। ਉਦਣ ਆਂਦੀ ਮੈਂ ਦੇ ਦੂੰਗੀ, ਕੋਈ ਗੱਲ ਨਹੀਂ, ਮੇਰੇ ਭਰਾ ਭੈਣ ਭਰਾਵਾਂ ਦੀ ਗੱਲ ਆ ਸਾਡੀ ਸਾਰੀ, ਪਰ ਉਹ ਗੱਲ ਕੁੜੀ ਤੁਹਾਡੀ ਨੇ ਫੇਰ ਆਡਾ ਲਾ ਲਿਆ ਸੀ ਨਾਲ, ਰਸੋਈ ਚ ਲਾ ਲਿਆ ਸੀ ਆਡਾ। ਕਿਹੜੀ ਗੱਲੋਂ, ਤੁਹਾਡੇ ਆਡੇ ਹੀ ਲੱਗਦੇ ਰਹਿੰਦੇ ਆ ਨਾਲ ਭਰਜਾਈ ਦੇ ਨਾ, ਇਹੋ ਪੈਸਿਆਂ ਤੋਂ ਹੀ ਤੇ ਅਸੀਂ ਤੂੰ ਹਾਂ ਜਾਂ ਉਹਨਾਂ ਕੋਲ ਨਹੀਂ ਲਿਆਈ, ਵੱਡੇ ਨੱਕ ਵਾਲੇ ਸੀ ਤੇ ਦਿੱਤੇ ਕਿਉਂ ਨਹੀਂ ਤੈਨੂੰ ਉਹਨੇ ਸਾਰੇ।
ਦੱਸੋ ਜਿੰਨੇ ਕੁ ਜੋਗੇ ਮੰਮੀ, ਮੈਂ ਨਾ ਉਹਨਾਂ ਨੂੰ ਫੋਨ ਕੀਤਾ ਨਾ ਕੁਛ, ਤੇ ਫੇਰ ਵੀ ਉਹਨਾਂ ਨੇ ਮੈਨੂੰ 30,000 ਰੁਪਏ ਦੇ ਦਿੱਤਾ। ਭਰਜਾਈ ਮੇਰੀ ਆਂਦੀ ਵੀ ਕੋਈ ਨੀ 20,000 ਰੁਪਇਆ ਅਸੀਂ ਬਾਅਦ ਚ ਦੇ ਦਾਂਗੇ ਤੈਨੂੰ, ਤੇ ਤੁਸੀਂ ਹੋਰ ਕਿਤੋਂ ਫੜ ਕੇ ਤੇ ਸਾਰੋ। ਮੇਰੇ ਨਾਲ ਇਹਨੂੰ ਮੈਂ ਕਿਹਾ ਵੀ ਹੈਗਾ ਵੀ ਉਹਦੇ ਨਾਲ ਹੁਣ ਕੋਈ ਗੱਲ ਨਾ, ਏਦਾਂ ਦੀ ਕਦੀ ਚੰਗੇ ਨੀ ਲੱਗੀਦਾ, ਪਰ ਇਹ ਕੁੜੀ ਨੀ ਹਾਰਦੀ, ਪਰ ਤੂੰ ਇਹਦਾ ਹੁਣ ਗੁੱਸਾ ਨੀ ਲੜਾ ਕੋਈ ਕਦੀ ਚੰਗਾ। ਮੰਮੀ ਗੁੱਸਾ ਇਹਦਾ ਕੀ ਕਰਨਾ ਵਾ, ਪਰ ਇਹ ਨਾ ਬਹੁਤ ਜ਼ਿਆਦਾ ਵੱਧਦੀ ਚਲੀ ਜਾਂਦੀ ਹੈ, ਇਹਦੇ ਹਰੇ ਮਿਲ ਵਰਤਣ ਵਾਲੇ ਕੰਮ ਹੀ ਨੀ ਕਰਦੀ। ਤੇ ਚੱਲ ਕੋਈ ਗੱਲ ਨੀ, ਪੈਸਾ ਤੇ ਲਗੇ ਹੱਥ ਤੇ ਰੱਖਦੇ ਆ ਨਾ, ਤੇ ਆਪੇ ਇਹਨੇ ਠੰਡੀ ਪੈ ਜਾਣਾ ਵਾ। ਮੰਮੀ ਪਰ ਇੱਕ ਗੱਲ ਸੋਚਣ ਵਾਲੀ ਆ, ਪੈਸੇ ਇਹਦੇ ਕੋਲ ਹੈਗੇ ਆ, ਨੀਰਾ 2 ਲੱਖ ਜੇ ਸਾਨੂੰ ਦਿੱਤਾ, ਇਹਦੇ ਕੋਲ ਓਦਾਂ ਵੀ ਇਹਦੇ ਕੋਲ 1,00,000 ਰੁਪਈਆ ਬੈਂਕ ਚ ਜਮਾ ਵਾ, ਉਹਨਾਂ ਨੂੰ ਸੇੜਨ ਨੂੰ ਇਹਦਾ ਜੀ ਨੀ ਕਰਦਾ, ਪਰ ਸਾਨੂੰ ਇੰਨੀ ਤੰਗੀ ਇਹ ਦੇਣ ਡਈ ਆ ਨਾ, ਕੋਈ ਗੱਲ ਹੀ ਨੀ ਕਿਤੇ, ਭੈਣ ਭਰਾ ਵਾਲਾ ਤੇ ਕੋਈ ਲੋ ਲਿਆ ਜਾਈ ਨਾ ਹੈਗਾ ਇਹਦੇ ਕੋਲ। ਚੱਲ ਮੇਰੀ ਗੱਲ ਸੁਣ, ਜੇ ਉਹਦੇ ਕੋਲ ਹੈਗੇ ਵੀ ਆ ਨਾ, ਚੱਲ ਉਹ ਵੀ ਬਾਹਰ ਕਮਾਈ ਕਰਨ ਡਿਆ ਆ, ਉਹ ਕਿਸੇ ਵਾਸਤੇ ਤੇ ਨੀ ਨਾ ਕੋਈ ਕਮਾਈ ਕਰਦਾ, ਜੇ ਕਿਸੇ ਕੋਲ ਹੁੰਦੇ ਆ ਤੇ ਉਹਨੇ ਆਪਣੇ ਵਾਸਤੇ ਰੱਖੇ ਹੁੰਦੇ, ਕਿਸੇ ਵਾਸਤੇ ਨੀ ਗਏ ਹੁੰਦੇ ਰੱਖੇ। ਤੁਸੀਂ ਵੀ ਇਹਨਾਂ ਗੱਲਾਂ ਨੂੰ ਸੋਚਿਆ ਕਰੋ, ਉਹਨਾਂ ਆਪਣੇ ਘਰ ਦਾ ਕੋਈ ਨਹੀਂ ਬਣਾਉਣਾ, ਇਹ ਥੋੜਾ ਵੀ ਜੇ ਕੋਲ ਹੈਗੇ ਤੇ ਵੰਡੀ ਜਾਣੇ। ਤੁਹਾਡੀ ਮੈਂ ਗੱਲ ਸਮਝਦੀ ਹਾਂ, ਅਸੀਂ ਕਿਹੜਾ ਵੰਡਣ ਹੈ, ਸਾਨੂੰ ਕਿਹੜੇ ਉਹਨੇ ਬਖਸ਼ ਦੇਣੇ ਆ, ਦੇਣੇ ਤਾਂ ਹੈਗੇ, ਪਰ ਇਹ ਆ ਕਿ ਹੁਣ ਵਿਆਜੀ ਫੜ ਕੇ ਕਿੰਨੇ ਅਸੀਂ ਔਖੇ ਹੋ ਕੇ ਦੇ ਰਹੇ ਆ। ਜੇ ਸਾਨੂੰ ਪਤਾ ਹੁੰਦਾ ਨਾ ਵੀ ਇਹਨੇ ਏਦਾਂ ਕਰਨੇ ਆ, ਤਾਂ ਅਸੀਂ ਐਡੀ ਵੱਡੀ ਸਾਲ ਮਾਰਨੀ ਨੀ, ਅਸੀਂ ਤੇ ਜਿਹੜੀ ਆਪਣੀ ਬੈਂਕ ਦੇ ਵਿੱਚ ਵੀ ਇੰਨੀ ਪੂੰਜੀ ਜਮ੍ਹਾਂ ਹੈਗੀ, ਉਹ ਵੀ ਅਸੀਂ ਸਗੋਂ ਦੇ ਕੇ ਤੇ ਪਛਤਾਉਣੀ ਚਾਹੀਏ, ਇਹਦੇ ਹੱਥਾਂ ਵੱਲ ਵੇਖਣ ਦੇ, ਇਹਦੀਆਂ ਗੱਲਾਂ ਵੱਧਦੇ ਸੀ। ਇੰਨੀਆਂ ਟੈਨਸ਼ਨਾਂ ਨੀ ਲਈਆਂ ਹੁੰਦੀਆਂ, ਜਿਹਨੇ ਪੈਸੇ ਦਿੱਤੇ ਹੁੰਦੇ ਆ ਉਹ 4 ਗੱਲਾਂ ਕਰ ਵੀ ਦੇ ਤੇ ਉਹਦੀਆਂ ਸੁਣਨੀਆਂ ਹੀ ਪੈਂਦੀਆਂ ਆ। ਕਿੰਨੀਆਂ ਸੁਣੀ ਜਾਂ ਮੰਮੀ, ਕੰਨਾਂ ਕਿਆ ਸਮਾਰ ਛੱਡੀ ਦੀ ਆ, ਪਰ ਇਹ ਤੇ ਕਿੱਥੇ ਗੱਲ ਕਰਦੀ ਤੇ ਕਿੱਥੇ ਉਤਰਦੀ, ਇਹਦਾ ਪਤਾ ਹੀ ਨੀ ਵੀ ਇਹਨੇ ਕਿੱਥੋਂ ਕੂਣਾ ਤੇ ਕਿੱਥੇ ਇਹਨੇ ਚੁੱਪ ਹੋਣਾ। ਡੈਡੀ ਡੰਗ ਤੇ ਸ਼ੇਰੇ ਨੇ ਆ ਜਾਣਾ ਵਾ, ਇਹਨੇ ਆਪੇ ਚੱਲ ਜਾਣਾ ਵਾ, ਉਹ ਹੀ ਆਉਣ ਡੀ ਚੁੱਪ ਕਰਕੇ, ਤੇਰੇ ਵੀ ਦੁਆਲੇ ਹੋ ਜਾਣਾ ਤੇ ਮੇਰੇ ਵੀ ਹੋ ਜਾਣਾ ਹੀ। ਉਹ ਗੱਲ ਤਾਂ ਕਰਨਾ।